ਨੁਕਸਾਨ ਭਾਜੀ ਟਰੈਕਟਰ ਸਾਰਾ ਇਕੱਠਾ ਹੋ ਗਿਆ ਵਾ, 1% ਵੀ ਆ ਕੰਮ ਦਾ ਟਰੱਕ ਵਾਲੇ ਦਾ ਭਾਜੀ। ਹਾਂਜੀ ਹਾਂਜੀ ਭਾਜੀ, 1% ਨੀ ਆ ਕੋਈ ਚੀਜ਼ ਇਹੋ ਜਿਹੀ ਰਹੀ ਆ, ਘੱਟੋ ਘੱਟ 6 ਲੱਖ ਦਾ। ਉੱਥੇ ਪਰਲੇ ਬੰਨੇ ਟਰੱਕ ਸੀਗਾ ਇਹਨਾਂ ਦੇ ਬੰਦੇ ਦੇ ਪਿੱਛੇ, ਅੱਗੜ ਪਿੱਛੇ ਟਰੱਕ ਸੀ, ਉਹ ਟਰੱਕ ਇੱਥੇ ਪਿੱਛੇ ਆਉਂਦਾ ਸੀਗਾ, ਉਹ ਬ੍ਰੇਕ ਹੀ ਨਹੀਂ ਲੱਗਦੇ ਆ ਰਹੇ ਹੋ ਰਾਈਡਰ ਦੇ ਭਾਜੀ। ਰਾਈਡਰ ਦੇ ਕੀ ਹੋਇਆ ਭਾਈ? ਆ ਰਹੇ ਸੀ ਇਧਰੋਂ ਆਪਣੇ ਸਾਈਡ, ਟਰੱਕ ਵਾਲਾ ਰੋਂਗ ਸਾਈਡ ਆ ਕੇ ਮੋਰੇ ਟਰੱਕ ਮਾਰਿਆ ਗਿਆ ਟਰੈਕਟਰ ਦੇ। ਕਿੱਧਰੋਂ ਕਿੱਧਰ ਜਾ ਰਹੇ ਆਪਾਂ ਭਾਈ? ਜਾ ਰਹੇ ਆ ਦੋਈਆਂ ਤੋਂ ਆਏ ਆ ਜਾਣਾ ਬੁਟਰਾ ਬੁਟਰਾ ਦੇ ਚਕੰਦਰ ਭਾਈ। ਹਾਂਜੀ ਨੁਕਸਾਨ ਭਾਜੀ, ਟਰੈਕਟਰ ਸਾਰਾ ਇਕੱਠਾ ਹੋ ਗਿਆ ਵਾ, 1% ਵੀ ਆ ਕੰਮ ਦਾ ਟਰੱਕ ਵਾਲੇ ਦਾ ਭਾਜੀ। ਹਾਂਜੀ ਹਾਂਜੀ ਭਾਜੀ, 1% ਨੀ ਆ ਕੋਈ ਚੀਜ਼ ਇਹੋ ਜਿਹੀ ਰਹੀ ਆ, ਘੱਟੋ ਘੱਟ 6 ਲੱਖ ਦਾ। ਹਾਂਜੀ ਹਾਂਜੀ, ਮੈਂ ਸਤਨਾਮ ਸਿੰਘ ਰਾਮੇ। ਹੁਣੇ ਹੁਣੇ ਇੱਕ ਟਰੱਕ ਦਾ ਅਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਜੀ, ਅਤੇ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ, ਲੇਕਿਨ ਇਹ ਪਰਮਾਤਮਾ ਦੀ ਕਿਰਪਾ ਹੋਈ ਕਿ ਜਾਨੀ ਨੁਕਸਾਨ ਨਹੀਂ ਹੋਇਆ। ਕਾਰਨ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਹੋਇਆ। ਦਸ ਕੁ ਮਿੰਟ ਪਹਿਲੇ ਟਰੈਕਟਰ ਦਾ ਤਾਂ ਲੋਸਟ ਹੋ ਗਿਆ ਜੀ, ਬਿਲਕੁਲ ਹੀ ਲੋਸਟ ਹੋ ਗਿਆ, ਬਿਲਕੁਲ ਖਤਮ। ਅਸੀਂ ਗੋਦਾ ਸਾਹਿਬ ਦਾ ਪਿੰਡ ਆਪਣਾ, ਅਤੇ ਅੱਜ ਬੀਬੀ ਨਾਨਕੀ ਸੇਵਾ ਕਰਦੇ ਹਾਂ ਜੀ। ਅਸੀਂ ਉੱਥੇ ਆਪਣੀ ਬਾਹਰੋਂ ਗੱਡੀ ਆਉਂਦੀ ਗ੍ਰਹਿ ਵਾਲੀ, ਅਸੀਂ ਉਹਨੂੰ ਵੇਖਣ ਡੇ ਹਾਂ, ਅਤੇ ਉਹ ਆਉਂਦਿਆਂ ਸਾਰੀ ਸਿੱਧੀ ਗੱਡੀ ਆਈ ਹੈ ਅਤੇ ਸਿੱਧੀ ਵਿੱਚ ਵੱਜ ਗਈ ਹੈ, ਅਤੇ ਮੁੰਡੇ ਨੇ ਦੌਦਾ ਛਾਲ ਮਾਰਤੀ ਹੈ। ਆਹੋ, ਅਤੇ ਟਰੱਕ ਜਿਹੜਾ, ਟਰੱਕ ਦੀ ਬ੍ਰੇਕ ਫੇਲ ਹੋ ਗਈ, ਨਾ ਫੇਲ ਹੁੰਦੀ ਫਿਰ ਭਾਵੇਂ ਬਚਾ ਹੋ ਜਾਂਦਾ। ਹਾਂ, 60 ਫੀਟ ਤੋਂ ਬਚਾ ਜੀ। ਹਾਂਜੀ ਹਾਂ ਪਹੁੰਚੀ ਹੈ। ਹਾਂ, ਸਾਧਨ ਪਰੇ ਕਰਾ ਦਿੱਤਾ ਜੀ, ਉਹ ਟਰੱਕ ਸਾਈਡ 'ਤੇ ਲਾਤਾ ਜੀ, ਟਰਾਲੀ ਅੱਗੇ ਖੜ੍ਹੀ ਹੈ। ਹਾਂਜੀ ਹਾਂਜੀ ਭਾਜੀ, ਮੇਰਾ ਨਾਮ ਨਾ ਹਰਜਿੰਦਰ ਸਿੰਘ ਆ। ਕਿੱਥੋਂ ਕਹਿਣ ਨੂੰ ਜਾ ਰਹੀ? ਅਸੀਂ ਅੰਮ੍ਰਿਤਸਰੋਂ ਆਏ ਹਾਂ। ਕਿੱਧਰ ਨੂੰ ਜਾ ਰਹੀ? ਅਸੀਂ ਨਕੋਦਰ ਮਹਿਲਪੁਰ ਨੂੰ ਜਾਣਾ। ਮਹਿਲਪੁਰ ਕਿਵੇਂ ਐਕਸੀਡੈਂਟ ਹੋਇਆ ਜਿਹੜਾ? ਬ੍ਰੇਕ ਫੇਲ ਹੋ ਗਈ। ਬ੍ਰੇਕ ਫੇਲ ਹੋ ਗਈ? ਹਾਂਜੀ। ਕਿੰਨੇ ਵਜੇ ਐਕਸੀਡੈਂਟ ਹੋਇਆ? ਆ ਹੁਣੀ ਹੋਇਆ। ਬਚਾਅ ਦੱਸ ਸਕਦੇ? ਬਚਾਅ ਆ ਸਰ।